ਮੇਰਾ ਨਾਮ ਵੀਰੇ ਅਮਨਪ੍ਰੀਤ ਸਿੰਘ ਆ, ਠੀਕ ਆ। ਅਤੇ ਪਹਿਲਾਂ ਵੀਰੇ ਮੈਂ ਪੀਂਦਾ ਸੀ ਚੱਟਾ, ਠੀਕ ਆ ਵੀਰੇ। ਅਤੇ ਮੈਂ ਪਹਿਲਾਂ ਲੱਗਾ ਵੀਰੇ ਵੀ ਮੈਂ ਚੱਲ ਮੁੰਡਿਆਂ ਨਾਲ ਇਕੱਠੇ ਹੋ ਗਏ ਵੀਰੇ, ਚਾਰ ਮੁੰਡੇ ਬਹਿ ਜਾਂਦੇ ਵੀਰੇ, ਪਹਿਲਾਂ ਤਾਂ ਮੈਂ ਲੱਗਾ ਮੈਂ ਸ਼ੌਂਕ ਜੀ ਵੀਰੇ, ਹੁਣ ਬਣ ਗਿਆ ਮੇਰਾ ਵੀਰੇ ਰੋਗ, ਠੀਕ ਹੈ ਵੀਰੇ। ਅਤੇ ਹੁਣ ਵੀਰੇ ਮੈਂ ਛੱਡਣਾ ਚਾਹੁੰਦਾ ਇਹ ਚੀਜ਼, ਠੀਕ ਆ। ਕਿੰਨੇ ਜਾਣੇ ਸੀ? ਅਸੀਂ ਵੀਰੇ 2 ਜਾਣੇ ਸੀਗੇ, ਠੀਕ ਹੈ। ਜਦੋਂ ਸਾਨੂੰ ਫੀਡਬੈਕ ਵੀਰੇ ਅਸੀਂ ਚਿੱਟਾ ਵੀ ਮਨ ਚੋਂ ਲੈ ਕੇ ਆਉਂਦਾ ਸੀ ਜੇ ਪੀਣਾ ਸੀਗਾ ਵੀਰੇ, ਠੀਕ ਆ। ਅਤੇ ਸਾਨੂੰ ਸਾਰੀ ਗੱਲ ਦੱਸੀ ਸਰ, ਕਹਿੰਦੇ ਵੀ ਅਸੀਂ ਤੁਹਾਡੇ ਨਾਲ ਸਹਿਮਤ ਆਗੇ, ਠੀਕ ਆ, ਵੀ ਤੁਹਾਡੇ ਨਾਲ ਛਡਾਉਣੇ ਆਗੇ, ਵੀ ਛੱਡਣਾ ਹੱਥਾਂ ਲਾ ਕੇ ਚੱਲੋ, ਕੋਈ ਗੱਲ ਨਹੀਂ ਜੀ। ਕੱਲ੍ਹ ਮੈਂ ਸਮੇਤ ਪੁਲਿਸ ਪਾਰਟੀ ਦੇ ਜਿਹੜਾ ਹੈਗਾ ਜੀ ਬੱਸ ਸਟੈਂਡ ਮਹਿਲ ਕਲਾਂ ਮੌਜੂਦ ਸੀਗਾ, ਜਿੱਥੇ ਮੈਨੂੰ ਮੁਖਬਰੀ ਹੋਈ ਕਿ ਜਸਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਜਿਹੜਾ ਹੈਗਾ ਨਸ਼ਾ ਪੱਤਾ ਕਰਨ ਦੇ ਆਦੀ ਨੇ, ਅੱਜ ਵੀ ਇਤਨੇ ਰੋਡ ਮਹਿਲ ਕਲਾਂ 'ਤੇ ਜਿਹੜਾ ਨਸ਼ਾ ਪੱਤਾ ਕਰ ਰਹੇ ਨੇ, ਜੇ ਉੱਥੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਨੇ। ਤਾਂ ਜਦੋਂ ਉੱਥੇ ਰੇਡ ਕੀਤੀ ਤਾਂ ਦੋਨੇ ਜਾਣੇ ਇਹ ਨਸ਼ਾ ਪੀਂਦੇ ਜਿਹੜੇ ਫੜੇ ਗਏ। ਉਸ ਤੋਂ ਬਾਅਦ ਇਹਨਾਂ ਦੀ ਇੱਛਾ ਜਾਣੀ ਗਈ, ਇਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਅਸੀਂ ਆਪਣੀ ਮਰਜ਼ੀ ਨਾਲ ਨਸ਼ਾ ਛੱਡਣਾ ਚਾਹੁੰਦੇ ਹਾਂ, ਠੀਕ ਹੈ ਜੀ। ਇਹਨਾਂ ਦੀ ਇੱਛਾ ਅਨੁਸਾਰ ਇਹਨਾਂ ਤੋਂ ਦਰਖਾਸਤ ਲੈ ਕੇ ਜੱਜ ਸਾਹਿਬ ਦੇ ਦਰਖਾਸਤ ਪੇਸ਼ ਕਰਨੀ ਹੈ ਇਹਨਾਂ ਨੂੰ ਨਾਲ ਲਿਜਾ ਕੇ ਕੋਰਟ 'ਚ, ਅਤੇ ਇਹਨਾਂ ਨੂੰ ਨਸ਼ਾ ਛਡਾਉਣ ਲਈ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਾਉਣਾ ਤਾਂ ਕਿ ਇਹ ਇਸ ਬਿਮਾਰੀ ਤੋਂ ਨਿਜਾਤ ਪਾ ਸਕਣ। ਹਾਂਜੀ ਹਾਂਜੀ, ਇਹਨਾਂ ਦਾ ਡੋਪ ਟੈਸਟ ਕਰਾ ਕੇ ਕੋਰਟ 'ਚ ਪੇਸ਼ ਕਰ ਰਿਹਾ ਜੀ। ਬਿਲਕੁਲ, ਇਹਨਾਂ ਵੱਲੋਂ ਵੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ, ਸਰਕਾਰ ਦੀਆਂ ਵੀ ਜਿਹੜੀਆਂ ਹਦਾਇਤਾਂ ਨੇ ਬਹੁਤ ਵਧੀਆ ਉਪਰਾਲਾ ਹੈਗਾ ਸਰਕਾਰ ਵੱਲੋਂ ਇਹ, ਵੀ ਜਿਹੜੇ ਨੌਜਵਾਨ ਆਪਦੇ ਆਪ ਇਸ ਦਲ 'ਚੋਂ ਨਿਕਲਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਹੈਲਪ ਕੀਤੀ ਜਾਵੇ, ਠੀਕ ਹੈ। ਇਹ ਕੋਈ ਇੱਕ ਬਿਮਾਰੀ ਹੈਗੀ ਜਿਹਦੇ 'ਚੋਂ ਬਿਮਾਰੀ 'ਚੋਂ ਇਹਨਾਂ ਨੂੰ ਸਮਝਾ ਕੇ ਕੱਢਿਆ ਜਾ ਸਕਦਾ ਆਮ ਨੌਜਵਾਨਾਂ ਨੂੰ। ਹੋਰ ਵੀ ਨੌਜਵਾਨਾਂ ਨੂੰ ਅਜਿਹਾ ਉੱਦਮ ਕਰਨਾ ਚਾਹੀਦਾ ਜਿਹੜੇ ਨਸ਼ੇ ਦੀ ਦਲ 'ਚ ਫਸੇ ਹੋਏ ਨੇ। ਅਸੀਂ ਹਰ ਇੱਕ ਨੌਜਵਾਨ ਨੂੰ ਜੋ ਜਿਹੜਾ ਵੀ ਕੋਈ ਨਸ਼ੇ ਦੀ ਦਲ 'ਚ ਫਸਿਆ ਹੋਇਆ, ਅਪੀਲ ਕਰਨਾ ਚਾਹੁੰਦੇ ਹਾਂ ਜਿਹੜਾ ਹੈਗਾ ਉਹ ਸਾਡੇ ਤੱਕ ਪਹੁੰਚ ਕਰੇ, ਤਾਂ ਅਸੀਂ ਉਹਦੀ ਹੈਲਪ ਕਰਾਂਗੇ, ਉਹਦਾ ਨਾਂ ਵੀ ਗੁਪਤ ਰੱਖਾਂਗੇ ਅਤੇ ਉਹਦਾ ਨਸ਼ਾ ਛਡਾਵਾਂਗੇ। ਮੇਰਾ ਨਾਮ ਵੀਰੇ ਅਮਨਪ੍ਰੀਤ ਸਿੰਘ ਆ, ਠੀਕ ਆ। ਅਤੇ ਪਹਿਲਾਂ ਵੀਰੇ ਮੈਂ ਪੀਂਦਾ ਸੀ ਚੱਟਾ, ਠੀਕ ਆ ਵੀਰੇ। ਅਤੇ ਮੈਂ ਪਹਿਲਾਂ ਲੱਗਾ ਵੀਰੇ ਵੀ ਮੈਂ ਚੱਲ ਮੁੰਡਿਆਂ ਨਾਲ ਇਕੱਠੇ ਹੋ ਗਏ ਵੀਰੇ, ਚਾਰ ਮੁੰਡੇ ਬਹਿ ਜਾਂਦੇ ਵੀਰੇ, ਪਹਿਲਾਂ ਤਾਂ ਮੈਂ ਲੱਗਾ ਮੈਂ ਸ਼ੌਂਕ ਜੀ ਵੀਰੇ, ਹੁਣ ਬਣ ਗਿਆ ਮੇਰਾ ਵੀਰੇ ਰੋਗ, ਠੀਕ ਹੈ ਵੀਰੇ। ਅਤੇ ਹੁਣ ਵੀਰੇ ਮੈਂ ਛੱਡਣਾ ਚਾਹੁੰਦਾ ਇਹ ਚੀਜ਼, ਠੀਕ ਆ। ਕਿੰਨੇ ਜਾਣੇ ਸੀ? ਅਸੀਂ ਵੀਰੇ 2 ਜਾਣੇ ਸੀਗੇ, ਠੀਕ ਹੈ। ਜਦੋਂ ਸਾਨੂੰ ਫੀਡਬੈਕ ਵੀਰੇ ਅਸੀਂ ਚਿੱਟਾ ਵੀ ਮਨ ਚੋਂ ਲੈ ਕੇ ਆਉਂਦਾ ਸੀ ਜੇ ਪੀਣਾ ਸੀਗਾ ਵੀਰੇ, ਠੀਕ ਆ। ਅਤੇ ਸਾਨੂੰ ਸਾਰੀ ਗੱਲ ਦੱਸੀ ਸਰ, ਕਹਿੰਦੇ ਵੀ ਅਸੀਂ ਤੁਹਾਡੇ ਨਾਲ ਸਹਿਮਤ ਆਗੇ, ਠੀਕ ਆ, ਵੀ ਤੁਹਾਡੇ ਨਾਲ ਛਡਾਉਣੇ ਆ, ਵੀ ਛੱਡਣਾ ਹੱਥਾਂ ਲਾ ਕੇ ਚੱਲੋ, ਕੋਈ ਗੱਲ ਨਹੀਂ ਜੀ। ਕੱਲ੍ਹ ਮੈਂ ਸਮੇਤ ਪੁਲਿਸ ਪਾਰਟੀ ਦੇ ਜਿਹੜਾ ਹੈਗਾ ਜੀ ਬੱਸ ਸਟੈਂਡ ਮਹਿਲ ਕਲਾਂ ਮੌਜੂਦ ਸੀਗਾ, ਜਿੱਥੇ ਮੈਨੂੰ ਮੁਖਬਰੀ ਹੋਈ ਕਿ ਜਸਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਜਿਹੜਾ ਹੈਗਾ ਨਸ਼ਾ ਪੱਤਾ ਕਰਨ ਦੇ ਆਦੀ ਨੇ, ਅੱਜ ਵੀ ਇਤਨੇ ਰੋਡ ਮਹਿਲ ਕਲਾਂ 'ਤੇ ਜਿਹੜਾ ਨਸ਼ਾ ਪੱਤਾ ਕਰ ਰਹੇ ਨੇ, ਜੇ ਉੱਥੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਨੇ। ਤਾਂ ਜਦੋਂ ਉੱਥੇ ਰੇਡ ਕੀਤੀ ਤਾਂ ਦੋਨੇ ਜਾਣੇ ਇਹ ਨਸ਼ਾ ਪੀਂਦੇ ਜਿਹੜੇ ਫੜੇ ਗਏ। ਉਸ ਤੋਂ ਬਾਅਦ ਇਹਨਾਂ ਦੀ ਇੱਛਾ ਜਾਣੀ ਗਈ, ਇਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਅਸੀਂ ਆਪਣੀ ਮਰਜ਼ੀ ਨਾਲ ਨਸ਼ਾ ਛੱਡਣਾ ਚਾਹੁੰਦੇ ਹਾਂ, ਠੀਕ ਹੈ ਜੀ। ਇਹਨਾਂ ਦੀ ਇੱਛਾ ਅਨੁਸਾਰ ਇਹਨਾਂ ਤੋਂ ਦਰਖਾਸਤ ਲੈ ਕੇ ਜੱਜ ਸਾਹਿਬ ਦੇ ਦਰਖਾਸਤ ਪੇਸ਼ ਕਰਨੀ ਹੈ ਇਹਨਾਂ ਨੂੰ ਨਾਲ ਲਿਜਾ ਕੇ ਕੋਰਟ 'ਚ, ਅਤੇ ਇਹਨਾਂ ਨੂੰ ਨਸ਼ਾ ਛਡਾਉਣ ਲਈ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਾਉਣਾ ਤਾਂ ਕਿ ਇਹ ਇਸ ਬਿਮਾਰੀ ਤੋਂ ਨਿਜਾਤ ਪਾ ਸਕਣ। ਹਾਂਜੀ ਹਾਂਜੀ, ਇਹਨਾਂ ਦਾ ਡੋਪ ਟੈਸਟ ਕਰਾ ਕੇ ਕੋਰਟ 'ਚ ਪੇਸ਼ ਕਰ ਰਿਹਾ ਜੀ। ਬਿਲਕੁਲ, ਇਹਨਾਂ ਵੱਲੋਂ ਵੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ, ਸਰਕਾਰ ਦੀਆਂ ਵੀ ਜਿਹੜੀਆਂ ਹਦਾਇਤਾਂ ਨੇ ਬਹੁਤ ਵਧੀਆ ਉਪਰਾਲਾ ਹੈਗਾ ਸਰਕਾਰ ਵੱਲੋਂ ਇਹ, ਵੀ ਜਿਹੜੇ ਨੌਜਵਾਨ ਆਪਦੇ ਆਪ ਇਸ ਦਲ 'ਚੋਂ ਨਿਕਲਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਹੈਲਪ ਕੀਤੀ ਜਾਵੇ, ਠੀਕ ਹੈ। ਇਹ ਕੋਈ ਇੱਕ ਬਿਮਾਰੀ ਹੈਗੀ ਜਿਹਦੇ 'ਚੋਂ ਬਿਮਾਰੀ 'ਚੋਂ ਇਹਨਾਂ ਨੂੰ ਸਮਝਾ ਕੇ ਕੱਢਿਆ ਜਾ ਸਕਦਾ ਆਮ ਨੌਜਵਾਨਾਂ ਨੂੰ। ਹੋਰ ਵੀ ਨੌਜਵਾਨਾਂ ਨੂੰ ਅਜਿਹਾ ਉੱਦਮ ਕਰਨਾ ਚਾਹੀਦਾ ਜਿਹੜੇ ਨਸ਼ੇ ਦੀ ਦਲ 'ਚ ਫਸੇ ਹੋਏ ਨੇ।
ਅਸੀਂ ਹਰ ਇੱਕ ਨੌਜਵਾਨ ਨੂੰ ਜੋ ਜਿਹੜਾ ਵੀ ਕੋਈ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਅਪੀਲ ਕਰਨਾ ਚਾਹੁੰਦੇ ਹਾਂ, ਜਿਹੜਾ ਹੈਗਾ ਉਹ ਸਾਡੇ ਤੱਕ ਪਹੁੰਚ ਕਰੇ ਤਾਂ ਅਸੀਂ ਉਹਦੀ ਹੈਲਪ ਕਰਾਂਗੇ, ਉਹਦਾ ਨਾਂ ਵੀ ਗੁਪਤ ਰੱਖਾਂਗੇ ਤੇ ਉਹਦਾ ਨਸ਼ਾ ਛਡਾਵਾਂਗੇ।